ਸਤਿ ਸ੍ਰੀ ਅਕਾਲ ਜੀ, ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਭ ਦਾ ਬੀ ਨੀਟਿੰਗ ਚੈਨਲ 'ਤੇ। ਅਤੇ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਬੁਣਤੀ ਦਾ ਬਹੁਤ ਹੀ ਪਿਆਰਾ ਡਿਜ਼ਾਇਨ ਲੈ ਕੇ। ਇਹ ਡਿਜ਼ਾਇਨ ਬਣਾਉਣ ਲਈ ਆਪਾਂ ਚਾਰ ਚਾਰ ਦੇ ਹਿਸਾਬ ਨਾਲ ਕੁੰਡੇ ਲੈਣੇ ਨੇ ਅਤੇ 3 ਕੁੰਡੇ ਆਪਾਂ ਵੱਧ ਲੈ ਲਵਾਂਗੇ। ਬਹੁਤ ਹੀ ਪਿਆਰਾ ਡਿਜ਼ਾਇਨ ਆ ਇਹ ਡਿਜ਼ਾਇਨ ਨੂੰ ਆਪਾਂ ਭੈਣਾਂ ਦੀ ਕੋਟੀ ਜੈਕਟ, ਬੱਚਿਆਂ ਦੇ ਕੋਟੀ ਸਵੈਟਰ ਦੇ ਉੱਪਰ ਬਣਾ ਸਕਦੇ ਹਾਂ। ਬੜੀ ਆਸਾਨੀ ਨਾਲ ਬਣਨ ਵਾਲਾ ਡਿਜ਼ਾਇਨ ਆ ਇਹ, ਸਿਰਫ ਇੱਕ ਸਿਲਾਈ ਦਾ, ਇੱਕ ਸਿਲਾਈ ਦੇ ਵਿੱਚ ਬਣ ਕੇ ਤਿਆਰ ਹੋ ਜੂਗਾ। ਅਤੇ ਅਗਲੀ ਸਿਲਾਈ ਦੇ ਵਿੱਚ ਆਪਾਂ ਇਸ ਡਿਜ਼ਾਇਨ ਨੂੰ ਚੇਂਜ ਕਰਾਂਗੇ। ਕਿਸੇ ਵੀ ਤਰ੍ਹਾਂ ਦਾ ਬਾਰਡਰ ਬਣਾਉਣ ਤੋਂ ਬਾਅਦ ਸਿੱਧੇ ਪਾਸੇ ਆਪਾਂ ਇੱਕ ਸਿਲਾਈ ਸਿੱਧੀ ਬਣਾ ਲੈਣੀ ਆ। ਬੈਕ ਸਾਈਡ 'ਤੇ ਇਹ ਆਪਣਾ ਡਿਜ਼ਾਇਨ ਬਣੂੰਗਾ। ਬਹੁਤ ਪਿਆਰਾ ਇਹ ਰਿੰਗ ਵਾਲਾ ਡਿਜ਼ਾਇਨ ਆ ਬਣਿਆ ਹੋਇਆ, ਬਹੁਤ ਸੋਹਣਾ ਲੱਗਦਾ ਗਾ। ਹੁਣ ਆ ਗਿਆ ਆਪਾਂ ਬੈਕ ਸਾਈਡ। ਥੋੜ੍ਹਾ ਜਿਹਾ ਧਿਆਨ ਨਾਲ ਦੇਖੋ ਵੀ ਆਪਾਂ ਡਿਜ਼ਾਇਨ ਕਿਸ ਤਰ੍ਹਾਂ ਬਣਾਉਣਾ। ਸਿਰਫ ਇੱਕ ਸਿਲਾਈ ਦਾ ਡਿਜ਼ਾਇਨ ਆ। ਪਹਿਲਾ ਕੁੰਡਾ ਆਪਾਂ ਬਿਨਾਂ ਬੁਣੇ ਉਤਾਰ ਕੇ ਇੱਕ ਕੁੰਡਾ ਉਲਟਾ ਬੁਣ ਲੈਣਾ, ਧਾਗਾ ਪਿੱਛੇ ਕਰ ਲੈਣਾ, ਇੱਕ ਕੁੰਡਾ ਸਿੱਧਾ। ਉਸ ਤੋਂ ਬਾਅਦ ਆਪਾਂ ਇਸ ਤਰ੍ਹਾਂ ਸਿਲਾਈ ਦੇ ਉੱਪਰ, ਸੋਰੀ, ਇਸ ਤਰ੍ਹਾਂ ਸਿਲਾਈ ਆਪਾਂ ਪਾ ਲੈਣੀ ਹੈ ਜਿਵੇਂ ਆਪਾਂ ਸਿੱਧਾ ਕੁੰਡਾ ਬਣਾਉਂਦੇ ਹਾਂ। ਅਤੇ ਸਿਲਾਈ ਦੇ ਉੱਪਰ ਆਪਾਂ ਥੋੜ੍ਹੀਆਂ ਜਿਹੀਆਂ ਸਿਲਾਈਆਂ ਆਪਾਂ ਅੱਗੇ ਕਰ ਲੈਣੀਆਂ ਇਸ ਤਰ੍ਹਾਂ। ਸਿਲਾਈ ਦੇ ਉੱਪਰ ਆਪਾਂ ਇਸ ਵਾਰੀ 10 ਵਾਰੀ ਧਾਗਾ ਲਪੇਟਣਾ, 1, 2, ਦੋਨਾਂ ਸਿਲਾਈਆਂ ਦੇ ਉੱਪਰ ਲਪੇਟਣਾ, 3, 4, 5, 6, 7, 8, 9, 10। ਅਤੇ ਉਸ ਤੋਂ ਬਾਅਦ ਆਪਾਂ ਇਸ ਤਰ੍ਹਾਂ ਧਾਗੇ ਨੂੰ ਦੋਨਾਂ ਸਿਲਾਈਆਂ ਦੇ ਸੈਂਟਰ ਵਿੱਚੋਂ ਇਸ ਤਰ੍ਹਾਂ ਆਪਾਂ ਬੁਣ ਲੈਣਾ ਹੈ ਕੁੰਡੇ ਨੂੰ। ਅਤੇ ਇਹਨੂੰ ਸਿਲਾਈ ਦੇ ਉੱਪਰ ਉੱਪਰੋਂ ਉਤਾਰ ਦੇਣਾ, ਉਤਾਰ ਕੇ ਆਪਾਂ ਇਸ ਧਾਗੇ ਨੂੰ ਇਸ ਤਰ੍ਹਾਂ ਢਿੱਲਾ ਕਰ ਲੈਣਾ। ਧਾਗੇ ਨੂੰ ਆਪਾਂ ਇਸ ਤਰ੍ਹਾਂ ਖੋਲ੍ਹ ਲੈਣਾ, ਇਸ ਤਰ੍ਹਾਂ ਹੀ ਆਪਾਂ ਪੂਰੇ ਧਾਗੇ ਨੂੰ ਖੋਲ੍ਹ ਲੈਣਾ। ਅਤੇ ਫਿਰ ਬਾਅਦ ਦੇ ਵਿੱਚ ਆਹ ਵਾਲਾ ਜਿਹੜਾ ਆਪਣਾ ਪਿਛਲਾ ਧਾਗਾ ਇਹਨੂੰ ਆਪਾਂ ਖਿੱਚ ਲੈਣਾ। ਇਸ ਤਰ੍ਹਾਂ ਆਪਾਂ ਇਹਨੂੰ ਸਾਰੇ ਧਾਗੇ ਨੂੰ ਖਿੱਚ ਲੈਣਾ ਪਿੱਛੇ, ਇਸ ਤਰ੍ਹਾਂ ਇਹ ਦੇਖੋ ਖਿੱਚਿਆ ਗਿਆ। ਅਤੇ ਅਗਲੇ ਧਾਗੇ ਨੂੰ ਆਪਾਂ ਇਸ ਤਰ੍ਹਾਂ ਸਿੱਧਾ ਬੁਣ ਦੇਣਾ। ਫਿਰ ਧਾਗਾ ਆਪਣੇ ਵੱਲ ਕਰਕੇ ਇੱਕ ਕੁੰਡਾ ਉਲਟਾ, ਧਾਗਾ ਪਿੱਛੇ, ਇੱਕ ਕੁੰਡਾ ਸਿੱਧਾ। ਉਸ ਤੋਂ ਅਗਲੇ ਕੁੰਡੇ ਦੇ ਵਿੱਚ ਆਪਾਂ ਫਿਰ ਉਸੇ ਤਰ੍ਹਾਂ ਸਿਲਾਈ ਪਾ ਲੈਣੀ ਹੈ। 10 ਵਾਰੀ ਧਾਗਾ ਘੁਮਾਉਣਾ, 1, 2, 3, 4, 5, 6, 7, 8, 9, 10। ਅਤੇ ਇਸ ਤਰ੍ਹਾਂ ਸੈਂਟਰ ਦੇ ਵਿੱਚੋਂ ਆਪਾਂ ਇਹ ਕੁੰਡੇ ਨੂੰ ਬੁਣ ਲੈਣਾ। ਬੁਣ ਕੇ ਧਾਗੇ ਨੂੰ ਇਸ ਤਰ੍ਹਾਂ ਆਪਾਂ ਢਿੱਲਾ ਕਰ ਲੈਣਾ।
ਖੋਲ ਲੈਣਾ ਇਸ ਨੂੰ ਪੂਰੇ ਨੂੰ। ਖੋਲ ਕੇ ਆਪਾਂ ਪਿੱਛੋਂ ਸਾਰੇ ਧਾਗੇ ਨੂੰ ਇਸ ਤਰ੍ਹਾਂ ਖਿੱਚ ਲੈਣਾ। ਖਿੱਚ ਕੇ ਇਹ ਵਾਲੇ ਕੁੰਡੇ ਨੂੰ ਇਸ ਤਰ੍ਹਾਂ ਸਿੱਧਾ ਬੁਣ ਦੇਣਾ। ਫਿਰ ਧਾਗਾ ਆਪਣੇ ਵੱਲ ਕਰਕੇ ਇੱਕ ਕੁੰਡਾ ਉਲਟਾ, ਇੱਕ ਕੁੰਡਾ ਸਿੱਧਾ। ਉਸ ਤੋਂ ਬਾਅਦ ਫਿਰ ਆਪਾਂ ਉਸੇ ਤਰ੍ਹਾਂ ਹੀ ਸਿਲਾਈਆਂ ਉੱਪਰ ਧਾਗਾ ਲਪੇਟਣਾ। ਇੱਕ, ਦੋ, ਤਿੰਨ, ਚਾਰ, ਪੰਜ, ਛੇ, ਸੱਤ, ਅੱਠ, ਨੌ, ਦਸ, ਅਤੇ ਇਸ ਤਰ੍ਹਾਂ ਸੈਂਟਰ ਦੇ ਵਿੱਚੋਂ ਆਪਾਂ ਇਹ ਕੁੰਡੇ ਨੂੰ ਬੁਣ ਲੈਣਾ। ਫਿਰ ਆਪਾਂ ਪੂਰਾ ਧਾਗਾ ਆਪਣਾ ਇਸੇ ਤਰ੍ਹਾਂ ਹੀ ਖੋਲ੍ਹ ਲੈਣਾ ਗਾ ਇਸ ਤਰ੍ਹਾਂ। ਅਗਲਾ ਕੁੰਡਾ ਸਿੱਧਾ, ਇੱਕ ਕੁੰਡਾ ਉਲਟਾ, ਅਤੇ ਲਾਸਟ ਵਾਲੇ ਕੁੰਡੇ ਨੂੰ ਆਪਾਂ ਸਿੱਧਾ ਬੁਣ ਦੇਣਾ। ਹੁਣ ਆ ਗਏ ਆਪਾਂ ਸਿੱਧੇ ਪਾਸੇ। ਪਹਿਲਾ ਕੁੰਡਾ ਬਿਨਾਂ ਬੁਣੇ ਉਤਾਰ ਲੈਣਾ ਧਾਗਾ ਪਿੱਛੇ। ਪੂਰੀ ਸਿਲਾਈ ਆਪਾਂ ਸਿੱਧੇ ਪਾਸੇ ਦੀ ਸਿੱਧੀ ਬਣਾਉਣੀ ਆ। ਹੁਣ ਆ ਗਏ ਜੀ ਬੈਕ ਸਾਈਡ। ਬੈਕ ਸਾਈਡ 'ਤੇ ਹੁਣ ਆਪਾਂ ਦੇਖੋ ਕਿਸ ਤਰ੍ਹਾਂ ਬਣਾਵਾਂਗੇ ਸਿਲਾਈ। ਪਹਿਲਾ ਕੁੰਡਾ ਬਿਨਾਂ ਬੁਣੇ ਉਤਾਰ ਲੈਣਾ। ਪਹਿਲਾਂ ਆਪਾਂ ਇੱਥੇ ਇੱਕ ਕੁੰਡਾ ਉਲਟਾ ਬਣਾਇਆ ਸੀਗਾ, ਹੁਣ ਆਪਾਂ ਇੱਥੇ ਤਿੰਨ ਕੁੰਡੇ ਉਲਟੇ ਬਣਾਵਾਂਗੇ। ਦੋ, ਤਿੰਨ ਕੁੰਡੇ ਉਲਟੇ ਬਣ ਗਏ। ਧਾਗਾ ਪਿੱਛੇ ਕਰਕੇ ਇੱਕ ਕੁੰਡਾ ਸਿੱਧਾ, ਅਤੇ ਅਗਲੇ ਕੁੰਡੇ 'ਤੇ ਆਪਾਂ ਉਸੇ ਤਰ੍ਹਾਂ ਹੀ 10 ਵਾਰੀ ਧਾਗਾ ਲਪੇਟਾਂਗੇ। ਇੱਕ, ਦੋ, ਤਿੰਨ, ਚਾਰ, ਪੰਜ, ਛੇ, ਸੱਤ, ਅੱਠ, ਨੌਂ, ਦਸ, ਅਤੇ ਇਸ ਤਰ੍ਹਾਂ ਇਹਨੂੰ ਆਪਾਂ ਸੈਂਟਰ ਦੇ ਵਿੱਚੋਂ ਬੁਣ ਲੈਣਾ। ਅਤੇ ਪੂਰੇ ਆਪਣੇ ਧਾਗੇ ਨੂੰ ਇਸ ਤਰ੍ਹਾਂ ਆਪਾਂ ਖੋਲ੍ਹ ਲੈਣਾ।
ਪੂਰਾ ਧਾਗਾ ਖੋਲ੍ਹ ਕੇ ਆਪਾਂ ਇਸ ਤਰ੍ਹਾਂ ਅਗਲੇ ਕੁੰਡੇ ਨੂੰ ਸਿੱਧਾ ਬੁਣ ਦੇਣਾ। ਉਸ ਤੋਂ ਬਾਅਦ ਫਿਰ ਆਪਣਾ ਇੱਕ ਕੁੰਡਾ ਸਿੱਧਾ, ਇੱਕ ਕੁੰਡਾ ਉਲਟਾ, ਅਤੇ ਅਗਲੇ ਕੁੰਡੇ 'ਤੇ ਆਪਾਂ ਫਿਰ ਉਸੇ ਤਰ੍ਹਾਂ ਹੀ ਦੋ ਸਲਾਈਆਂ ਦੇ ਉੱਪਰ ਇਸ ਤਰ੍ਹਾਂ ਧਾਗਾ ਲਪੇਟਣਾ। ਇੱਕ, ਦੋ, ਤਿੰਨ, ਚਾਰ, ਪੰਜ, ਛੇ, ਸੱਤ, ਅੱਠ, ਨੌਂ, ਦਸ। ਇਸ ਤਰ੍ਹਾਂ ਪੂਰੇ ਧਾਗੇ ਨੂੰ ਖੋਲ੍ਹ ਕੇ ਪਿੱਛੋਂ ਆਪਾਂ ਧਾਗਾ ਸਾਰਾ ਖਿੱਚ ਲੈਣਾ। ਅਤੇ ਕੁੰਡੇ ਨੂੰ ਇੱਕ ਸਿੱਧਾ ਅਤੇ ਤਿੰਨ ਕੁੰਡੇ ਆਪਾਂ ਇੱਥੇ ਉਲਟੇ ਬੁਣ ਦੇਣੇ ਨੇ, ਅਤੇ ਲਾਸਟ ਵਾਲਾ ਕੁੰਡਾ ਆਪਣਾ ਸਿੱਧਾ। ਅਤੇ ਡਿਜ਼ਾਇਨ ਦੇਖੋ ਜੀ ਆਪਣਾ ਇਸ ਤਰ੍ਹਾਂ ਬਣੂੰਗਾ। ਇਹੀ ਆਪਾਂ ਦੋ ਦੋ ਸਲਾਈਆਂ ਨੂੰ ਰਿਪੀਟ ਕਰਦੇ ਜਾਣਾ ਅੱਗੇ ਦੀ ਅੱਗੇ, ਅਤੇ ਡਿਜ਼ਾਇਨ ਬਣ ਕੇ ਦੇਖੋ ਆਪਣਾ ਇਸ ਤਰ੍ਹਾਂ ਤਿਆਰ ਹੁੰਦਾ ਜਾਊਗਾ। ਦੇਖੋ ਬਣ ਕੇ ਕਿੰਨਾ ਸੋਹਣਾ ਲੱਗਦਾ। ਆਪਾਂ ਇਸ ਡਿਜ਼ਾਇਨ ਨੂੰ ਇਕੱਲੇ ਬਾਰਡਰ ਦੇ ਵਿੱਚ ਵੀ ਬਣਾ ਸਕਦੇ ਹਾਂ, ਬਾਰਡਰ ਬਣਿਆ ਵੀ ਬਹੁਤ ਸੋਹਣਾ ਲੱਗੇਗਾ ਭੈਣਾਂ ਦੀ ਕੋਟੀ ਜੈਕਟ ਦੇ ਉੱਪਰ। ਬਹੁਤ ਪਿਆਰਾ ਡਿਜ਼ਾਇਨ ਆ, ਉਮੀਦ ਕਰਦੇ ਹਾਂ ਤੁਹਾਨੂੰ ਇਹ ਡਿਜ਼ਾਇਨ ਜ਼ਰੂਰ ਪਸੰਦ ਆਊਗਾ। ਜੇਕਰ ਡਿਜ਼ਾਇਨ ਵਧੀਆ ਲੱਗਿਆ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਜ਼ਰੂਰ ਕਰਨਾ, ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ। ਚਲੋ ਜੀ, ਮਿਲਦੇ ਹਾਂ ਇੱਕ ਨਵੇਂ ਅਤੇ ਸੌਖੇ ਡਿਜ਼ਾਇਨ ਦੇ ਨਾਲ ਅਗਲੀ ਵੀਡੀਓ ਦੇ ਵਿੱਚ। ਵੀਡੀਓ ਦੇਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।